ਸੋ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਵਾਲਿਆਂ ਨਵੀਂ ਵਿਆਹੀ ਜੋੜੀ ਨਿਸ਼ਾਨ ਖੈਰਾ ਤੇ ਪ੍ਰਭਕੌਰ ਦੀ ਜਿਨ੍ਹਾਂ ਦੇ ਵਿਆਹ ਦੇ ਚਰਚੇ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਆਪ ਨੂੰ ਦੇਖਣ ਨੂੰ ਮਿਲ ਰਹੇ ਨੇ ਸੋ ਇਸ ਵੀਡੀਓ ਵਿੱਚ ਬੇਸਿਕਲੀ ਆਪਾਂ ਗੱਲ ਕਰਨ ਵਾਲਿਆਂ ਪ੍ਰਭਕੌਰ ਦੇ ਕਰੈਕਟਰ ਬਾਰੇ ਤੇ ਕਿਵੇਂ ਇਹ ਕੁੜੀ ਬਾਕੀ ਕੁੜੀਆਂ ਦੇ ਨਾਲੋਂ ਡਿਫਰੈਂਟ ਆ ਉਹ ਮੈਂ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦੱਸਦਾ ਹਾਂ ਪ੍ਰਭਕੌਰ ਦੇ ਕਰੈਕਟਰ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਉਹ ਹੁਣ ਤੱਕ ਇੰਨੇ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਨੇ ਸੋ ਆਏ ਨਿਸ਼ਾਨ ਖੈਰੇ ਤੋਂ ਇਲਾਵਾ ਹੋਰ ਕਿਸੇ ਵੀ ਮੁੰਡੇ ਦੇ ਨਾਲ ਆਪਾਂ ਇਸ ਦੀ ਕੋਈ ਵੀ ਵੀਡੀਓ ਨਹੀਂ ਦੇਖਾਂਗੇ ਸੋ ਨਿਸ਼ਾਨ ਖੈਰੇ ਦੇ ਨਾਲ ਵੀ ਇਸ ਨੇ ਵੀਡੀਓ ਤਾਂ ਬਣਾਈ ਹੈ ਕਿਉਂਕਿ ਇਹਨਾਂ ਦੀ ਇੰਗੇਜਮੈਂਟ ਕਾਫੀ ਟਾਈਮ ਪਹਿਲਾਂ ਦੀ ਹੋ ਚੁੱਕੀ ਆ ਤੇ ਪ੍ਰਭ ਗੌਰ ਦੀ ਦੂਸਰੀ ਸਭ ਤੋਂ ਵੱਡੀ ਗੱਲ ਇਹ ਕਿ ਹੁਣ ਤੀਕਰ ਇਹਨੇ ਜਿੰਨੀਆਂ ਵੀ ਵੀਡੀਓਜ਼ ਬਣਾਈਆਂ ਨੇ ਉਹਨਾਂ ਦੇ ਵਿੱਚ ਆਪਾਂ ਨੂੰ ਕੋਈ ਵੀ ਅਜਿਹਾ ਵਲਗਰ ਕੰਟੈਂਟ ਜਾਂ ਵਲਗਰ ਕੱਪੜੇ ਆਪਾਂ ਨੂੰ ਪਾਏ ਹੋਏ ਨਹੀਂ ਦਿਖਣਗੇ ਸੋ ਮੋਸਟਲੀ ਵੀਡੀਓ ਸੂਟ ਸਲਵਾਰ ਦੇ ਵਿੱਚ ਬਣਾ ਕੇ ਇਸ ਨੇ 1.7 ਮਿਲੀਅਨ ਫਾਲੋਅਰਸ ਇੰਸਟਾਗ੍ਰਾਮ ਦੇ ਉੱਤੇ ਬਣਾਏ ਨੇ ਤੇ ਇੱਕ ਥੱਪੜ ਉਹਨਾਂ ਕੁੜੀਆਂ ਦੇ ਦੇ ਨਾਲ ਵੀਡੀਓ ਪਾ ਕੇ ਤੇ ਆਪਣੇ ਬਾਡੀ ਪਾਰਟਸ ਦਿਖਾ ਕੇ ਫੋਲੋਅਰਸ ਤੇ ਲਾਈਕ ਲੈਂਦੀਆਂ ਨੇ ਇਹੀ ਜਬ ਰੀਜ਼ਨ ਦੇ ਚੱਲਦੇ ਆ ਬਾਕੀ ਟਿਕਟੋਕਰ ਤੋਂ ਵੱਖਰੀ ਆ ਪ੍ਰਭ ਕੌਰ ਜਿਨੇ ਆਪਣੇ ਮਾਂ ਪਿਓ ਦਾ ਸਿਰ ਕਦੀ ਨੀਵਾ ਨਹੀਂ ਹੋਣ ਦਿੱਤਾ ਤੇ ਬਾਕੀ ਨਵੀਂ ਵਿਆਹੀ ਜੋੜੀ ਦੇ ਲਈ ਬੈਸਟ ਵਿਸ਼ਸ ਸੋ ਇਨਾ ਸੀਗਾ ਵੀਡੀਓ